ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਮੈਂ ਹਰਜੀਤ ਕੌਰ ਖਾਲਸਾ ਫਤਿਹ ਅਰਜ਼ ਕਰਦੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਆ ਪ੍ਰੋਗਰਾਮ ਭਖ ਦੇ ਮੁੱਦੇ ਸਾਧ ਸੰਗਤ ਜੀ। ਅੱਜ ਅਸੀਂ ਪਹੁੰਚੇ ਹਾਂ ਕਰਤਾਰਪੁਰ ਲਾਂਘਾ, ਉਹ ਕੋਰੀਡੋਰ ਜਿੱਥੇ ਪਿੱਛੇ ਕਰਤਾਰਪੁਰ ਸਾਹਿਬ ਲਾਵਾਂ ਪਾਕਿਸਤਾਨ ਦਿਖਾਇਆ ਜਾਂਦਾ ਅਤੇ ਨਾਲ ਹੀ ਇੱਥੇ ਜਿਹੜਾ ਸਾਡੇ ਭਾਰਤ ਦੀ ਹੱਦ ਲੱਗਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ 50ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਸੰਗਤਾਂ ਹੋਮ ਹੋਮ ਆ ਕੇ ਕਰਤਾਰਪੁਰ ਲਾਂਘੇ ਤੱਕ ਪਹੁੰਚੀਆਂ ਨੇ। ਉਹਨਾਂ ਦੀ ਉਹ ਯਾਦ ਨੂੰ ਸਮਰਪਿਤ ਉਹ ਇੱਥੇ ਸੰਗਤਾਂ ਦਰਸ਼ਨ ਕਰ ਰਹੀਆਂ, ਸਾਡੇ ਨਾਲ ਸੰਗਤਾਂ ਵੀ ਮੌਜੂਦ। ਅਸੀਂ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਕਿ ਅੱਜ ਤੁਸੀਂ ਦੇਖਿਆ ਕਿ ਬਹੁਤ ਭਾਰੀ ਮਾਤਰਾ 'ਚ ਸੰਗਤ ਕਰਤਾਰਪੁਰ ਲਾਂਘਾ ਕੋਰੀਡੋਰ 'ਤੇ ਪਹੁੰਚੀ, ਜਿਹੜਾ ਕਿ 9 ਨਵੰਬਰ ਨੂੰ ਖੁੱਲ੍ਹਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ, ਕੀ ਕਹੋਗੇ ਤੁਸੀਂ? ਹਾਂਜੀ, ਬਹੁਤ ਵਧੀਆ। ਪਹਿਲਾਂ ਤਾਂ ਸੰਗਤ ਨੂੰ ਗੁਰੂ ਨਾਨਕ ਨਾਮ ਲਿਆ, ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਮੁਬਾਰਕਾਂ ਕਿ ਸੰਗਤਾਂ ਨੇ ਇੰਨੇ ਚਾਅ ਦੇ ਉਤਸ਼ਾਹ ਨਾਲ, ਕਈ ਸਾਲ ਹੋ ਗਏ ਕਿ ਅਰਦਾਸ ਵਿੱਚ ਮੰਗੀ ਮਹਾਰਾਜ ਸਾਹਿਬ ਜਿਨ੍ਹਾਂ ਦੇ ਦਰਸ਼ਨ ਦਿਦਾਰਾਂ ਨੂੰ ਸਾਨੂੰ ਵਿਛੋੜਿਆ ਗਿਆ, ਖੁੱਲ੍ਹੇ ਮਹਾਰਾਜ ਸਾਹਿਬ ਦਰਸ਼ਨ ਬਖਸ਼ੋ ਮਹਾਰਾਜ। ਫਿਰ ਮਹਾਰਾਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸੰਗਤਾਂ ਦੇ ਸੰਯੋਗ ਨਾਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਦੇ, ਉਹਨਾਂ ਦੇ ਸਾਰੇ ਆਪਣੇ ਮੰਤਰੀਆਂ ਦੇ, ਹਿੰਦੁਸਤਾਨ ਦੇ ਮੰਤਰੀਆਂ ਦੇ ਸੰਯੋਗ ਨਾਲ ਇਹ ਜਿਹੜਾ ਬਾਰਡਰ ਦਾ ਲਾਂਘਾ ਖੁੱਲ੍ਹਣ ਨੂੰ ਜਿਹੜਾ ਵਾ ਉਹ ਤਰੀਕ ਆ ਗਈ। 9 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਆ ਰਹੇ ਆ, ਹੋਰ ਵੀ ਕਾਫੀ ਸੂਰਤ ਸੰਪਰਤਾਵਾਂ ਕਰਤਾਰਪੁਰ ਸਾਹਿਬ ਉਪੜਨੀਆਂ। ਇਹ ਬਹੁਤ ਚਿਰ ਦੀ ਮੰਗ ਹੀ ਇੱਥੇ ਕਰਤਾਰਪੁਰ ਸਾਹਿਬ, ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ, ਸੋ ਇਹ ਮੰਗਾਂ ਹੁਣ ਪੂਰੀਆਂ ਹੋਣੀਆਂ। ਅੱਜ ਤੋਂ ਸਮਾਗਮ ਇਹ ਸ਼ੁਰੂ ਆ ਅਤੇ ਜਿਹੜਾ ਪ੍ਰਸ਼ਾਸਨ ਹੈ, ਜਿਹੜਾ ਸਾਡੀ ਜੋ ਵੀ ਆ ਤਿਆਰੀਆਂ ਚੱਲਣ ਦੀਆਂ, ਉਹ ਜ਼ੋਰਾਂ ਸ਼ੋਰਾਂ 'ਤੇ ਤਿਆਰੀਆਂ ਇੰਟਰਨੈਸ਼ਨਲ ਪੱਧਰ 'ਤੇ ਤਿਆਰੀਆਂ ਹੋ ਚੁੱਕੀਆਂ ਹਨ। ਸੋ 9 ਤਰੀਕ ਨੂੰ ਜਿਹੜੀ ਐਂਟਰੀ ਆ ਇੱਥੋਂ ਸੰਗਤ ਨੂੰ, ਜਿਨ੍ਹਾਂ ਕੋਲ ਆਧਾਰ ਕਾਰਡ ਹੈ ਜਾਂ ਜਿਹੜਾ ਪਹਿਲਾ ਜੱਥਾ ਜਾਏਗਾ 5000 ਜਾਂ ਜਿੰਨੀ ਕੁ ਲੋਸ ਕਰਨਗੇ ਜੋ ਸਰਕਾਰ ਦੀ ਹੁਕਮ ਆਏਗਾ, ਤਾਂ ਉਸ ਹਿਸਾਬ ਦੇ ਨਾਲ ਸੰਗਤ ਨੂੰ ਇੱਥੋਂ ਲੈ ਕੇ ਜਾਣਗੇ। ਤਾਂ ਸੰਗਤ ਨੂੰ ਸਾਡੇ ਨਾਲ ਇਹ ਵੀ ਬੇਨਤੀ ਆ ਕਿ ਜਿਹੜਾ ਇਮਰਾਨ ਖਾਨ ਆ ਉਹਨੂੰ ਘੱਟੋ ਘੱਟ ਵੀ ਸੰਗਤ ਨੂੰ, ਸਾਰੇ ਨੂੰ, ਆਪਣੇ ਪੰਜਾਬ ਸਿੱਖ ਕੌਮ ਨੂੰ, ਐਜੀਪੀਸੀ ਨੂੰ ਚਾਹੀਦਾ ਕਿ ਇਹਨਾਂ ਨੂੰ ਆਣ ਕੇ ਅਕਾਲ ਤਖਤ ਸਾਹਿਬ ਸਨਮਾਨਿਤ ਕਰਨਾ ਚਾਹੀਦਾ ਬਹੁਤ ਵੱਡੀ ਪੱਧਰ 'ਤੇ, ਕਿਉਂਕਿ ਦੋਵਾਂ ਸਰਕਾਰਾਂ ਦੇ ਸੰਯੋਗ ਦੇ ਨਾਲ ਇਹ ਰਸਤੇ ਖੁੱਲ੍ਹੇ ਹੋਣ ਨੂੰ ਆ ਰਹੇ ਆ ਅਤੇ ਸੰਗਤਾਂ ਜਿਹੜੀਆਂ ਵੱਧ ਚੜ੍ਹ ਕੇ ਸਮਾਗਮ ਮਨਾ ਰਹੀਆਂ ਹਨ। ਸੋ ਤੁਸੀਂ ਦੇਖਿਆ ਕਿ ਨਾਲ ਹੀ ਅਸੀਂ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਅੱਜ ਜਿਹੜੀ ਕਿ ਸੰਗਤਾਂ ਸਾਰੇ ਸੰਸਾਰ ਵਿੱਚ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ, ਪਰ ਤੁਸੀਂ ਦੇਖੋ ਜਿੱਥੇ ਅਸੀਂ ਕੇਂਦਰੀ ਸਰਕਾਰ ਦੀ ਗੱਲ ਕਰਦੇ, ਇਹਨਾਂ ਨੇ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਨੇ ਕਰਤਾਰਪੁਰ ਲਾਂਘੇ ਨੂੰ ਤਾਰੋ ਪਿੰਡੋ ਕਰਨ ਦੀਆਂ, ਕੀ ਕਹੋਗੇ? ਹਾਂ, ਨਹੀਂ, ਬਹੁਤ ਵਧੀਆ ਸਲਾਹ ਜੋ ਗਏ। ਤਾਂ ਹਰ ਕਿਸੇ ਦਾ ਸਿੱਖ ਦਾ ਫਰਜ਼ ਬਣਦਾ, ਹਰ ਜਿਹੜਾ ਰਹਿਣ ਬਸੇਰੇ ਵਾਲਾ ਵਾ ਜਾਂ ਜੋ ਇੱਥੋਂ ਦੀ ਸੇਵਾ ਨਿਭਾ ਰਹੇ ਜਾਂ ਇਲਾਕਾ ਨਿਵਾਸੀ ਆ ਜਾਂ ਕੋਈ ਜਿੱਦਾਂ ਦਾ ਵੀ ਕਿਸੇ ਨੂੰ ਅਹੁਦਾ ਮਿਲਿਆ, ਭਾਈ ਹਰ ਕਿਸੇ ਦਾ ਸਿੱਖ ਦਾ ਫਰਜ਼ ਬਣਦਾ ਕਿ ਲਾਂਘੇ ਨੂੰ ਖੋਲ੍ਹਣ ਦੇ ਵਿੱਚ ਸਹਿਯੋਗ ਦਿੱਤਾ ਜਾਵੇ। ਵੱਧ ਤੋਂ ਵੱਧ ਇਸ ਲਾਂਘੇ ਦੇ ਸੰਗਤਾਂ ਆਉਣ, ਦੋਵੇਂ ਮੁਲਕ ਇਕੱਠੇ ਹੋਣ, ਇੱਥੋਂ ਜਿਹੜਾ ਦੁਬਤਾ ਪਈ ਆ ਸ਼੍ਰੀਨਗਰ ਦੀ ਜਾਂ ਹੋਰ ਕਈ ਕੋਈ ਮਸਲੇ ਆ ਹਿੰਦੁਸਤਾਨ ਦੇ, ਉਹ ਪੂਰੇ ਹੋਣ ਜਾਣ 'ਤੇ ਚੰਗੀ ਗੱਲ, ਸਿੱਖ ਕੌਮ ਦੀ ਇੱਥੇ ਹੋਰ ਅਰਦਾਸ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।